जैसा करे सो तैसा पाए, अभिमानी की जड़ सर पर जाए। ਇੱਕ ਪਿੰਡ 'ਚ ਇੱਕ ਕਿਸਾਨ ਅਤੇ ਉਸਦੇ ਘਰ ਵਾਲੀ ਰਹਿੰਦੇ ਸਨ, ਜੋ ਦੁੱਧ ਤੋਂ ਦਹੀਂ ਅਤੇ ਮੱਖਣ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ। ਇੱਕ ਦਿਨ ਘਰ ਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿੱਤਾ ਅਤੇ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ। ਮੱਖਣ ਗੋਲ ਪੇੜਿਆਂ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ ਅਤੇ ਹਰ ਪੇੜੇ ਦਾ ਵਜ਼ਨ 1 ਕਿਲੋ ਸੀ। ਸ਼ਹਿਰ ਜਾ ਕੇ ਕਿਸਾਨ ਨੇ ਮੱਖਣ ਹਮੇਸ਼ਾ ਦੀ ਤਰ੍ਹਾਂ ਇੱਕ ਦੁਕਾਨਦਾਰ ਨੂੰ ਵੇਚ ਦਿੱਤਾ ਅਤੇ ਦੁਕਾਨਦਾਰ ਤੋਂ ਚਾਹ ਪੱਤੀ, ਚੀਨੀ, ਤੇਲ, ਸਾਬਣ ਅਤੇ ਹੋਰ ਘਰੇਲੂ ਸਮਾਨ ਖਰੀਦ ਕੇ ਆਪਣੇ ਪਿੰਡ ਨੂੰ ਤੁਰ ਪਿਆ। ਕਿਸਾਨ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੇ ਮੱਖਣ ਨੂੰ ਫਰਿੱਜ 'ਚ ਰੱਖਣਾ ਸ਼ੁਰੂ ਕਰਤਾ। ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਇੱਕ ਪੇੜੇ ਦਾ ਵਜ਼ਨ ਕੀਤਾ ਜਾਵੇ, ਪਰ ਵਜ਼ਨ ਕਰਨ 'ਤੇ ਪੇੜਾ ਸਿਰਫ 900 ਗ੍ਰਾਮ ਦਾ ਹੀ ਨਿਕਲਿਆ। ਨਿਰਾਸ਼ਾ ਅਤੇ ਹੈਰਾਨੀ ਨਾਲ ਉਸਨੇ ਸਾਰੇ ਪੇੜੇ ਤੋਲ ਦਿੱਤੇ। ਕਿਸਾਨ ਦੇ ਲਿਆਂਦੇ ਸਾਰੇ ਮੱਖਣ ਦੇ ਪੇੜੇ 900-900 ਗ੍ਰਾਮ ਦੇ ਹੀ ਨਿਕਲੇ। ਅਗਲੇ ਹਫ਼ਤੇ ਫਿਰ ਕਿਸਾਨ ਹਮੇਸ਼ਾ ਦੀ ਤਰ੍ਹਾਂ ਮੱਖਣ ਦੇ ਪੇੜੇ ਲੈ ਕੇ ਦੁਕਾਨ ਦੀ ਦਹਿਲੀਜ਼ 'ਤੇ ਪਹੁੰਚਿਆ। ਦੁਕਾਨਦਾਰ ਨੇ ਕਿਸਾਨ ਨੂੰ ਚੀਖਦੇ ਹੋਏ ਕਿਹਾ, ਦਫ਼ਾ ਹੋ ਜਾ ਕਿਸੇ ਬੇਈਮਾਨ ਅਤੇ ਧੋਖੇਬਾਜ਼ ਦੁਕਾਨਦਾਰ ਨਾਲ ਕਾਰੋਬਾਰ ਕਰ, ਪਰ ਮੇਰੇ ਨਾਲ ਨਹੀਂ। 900 ਗ੍ਰਾਮ ਮੱਖਣ ਨੂੰ ਕਿਲੋ ਕਹਿ ਕੇ ਵੇਚਣ ਵਾਲੇ ਦਾ ਉਹ ਮੂੰਹ ਵੀ ਨਹੀਂ ਵੇਖਣਾ ਚਾਹੁੰਦਾ। ਕਿਸਾਨ ਨੇ ਬੜੀ ਹੀ ਨਿਮਰਤਾ ਨਾਲ ਦੁਕਾਨਦਾਰ ਨੂੰ ਕਿਹਾ, ਮੇਰੇ ਵੀਰ, ਮੇਰੇ ਨਾਲ ਨਾਰਾਜ਼ ਨਾ ਹੋ, ਅਸੀਂ ਗਰੀਬ ਅਤੇ ਮੁਸ਼ਕਲ ਨਾਲ ਗੁਜ਼ਾਰਾ ਕਰਨ ਵਾਲੇ ਲੋਕ ਹਾਂ। ਸਾਡੀ ਮਾਲ ਤੋਲਣ ਲਈ ਵੱਟੇ ਖਰੀਦਣ ਦੀ ਹੈਸੀਅਤ ਕਿੱਥੇ ਹੈ? ਤੁਹਾਡੇ ਤੋਂ ਜੋ 1 ਕਿਲੋ ਚੀਨੀ ਲੈ ਕੇ ਜਾਂਦਾ ਹਾਂ, ਉਸੇ ਚੀਨੀ ਨੂੰ ਤੱਕੜੀ ਦੇ ਇੱਕ ਪਲੜੇ ਵਿੱਚ ਰੱਖ ਕੇ ਦੂਜੇ ਪਲੜੇ 'ਚ ਓਨੇ ਹੀ ਵਜ਼ਨ ਦਾ ਮੱਖਣ ਤੋਲ ਕੇ ਲੈ ਆਉਣਾ ਹਾਂ। ਦੁਕਾਨਦਾਰ ਨੂੰ ਦੂਜੀ ਗੱਲ ਨਾ ਆਈ, ਜੋ ਅਸੀਂ ਦੂਸਰਿਆਂ ਨੂੰ ਦੇਵਾਂਗੇ ਉਹ ਵਾਪਸ ਜ਼ਰੂਰ ਆਵੇਗਾ, ਚਾਹੇ ਉਹ ਇੱਜ਼ਤ ਸਨਮਾਨ ਹੋਵੇ ਜਾਂ ਫਿਰ ਧੋਖਾ। ਪਾਪ ਕਰੇਂਦਾ ਚੁੱਪ ਚਪੀਤੇ, ਦਾਨ ਕਰੇ ਪਾ ਰੌਲਾ ਆਵੇ, ਬਾਹਰੋਂ ਦਿਖਦਾ ਸਾਫ਼ ਸੁਚੱਜਿਆ, ਅੰਦਰੋਂ ਕਾਲਾ ਕੋਲਾ ਆਵੇ, ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੋਲਾਵੇ, ਬੰਦਿਆ ਤੇਰੀ ਹਰ ਹਰਕਤ ਉੱਤੇ ਨਜ਼ਰ ਰਖੇਂਦਾ ਮੌਲਾਵੇ।